ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਜੇਕਰ ਅੱਜ ਦੀ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ, ਤੁਸੀਂ ਸੁਣਨੀ ਸ਼ੁਰੂ ਕਰ ਦਿੱਤੀ ਆ, ਤਾਂ ਕਿਰਪਾ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ, ਕਿਉਂਕਿ ਅੱਜ ਦੀ ਵੀਡੀਓ ਦੀ ਇੱਕ ਇੱਕ ਗੱਲ ਬਹੁਤ ਕੀਮਤੀ ਆ, ਸਾਡੇ ਕੰਮ ਆਉਣ ਵਾਲੀ ਆ। ਪਰ ਵੀਡੀਓ ਨੂੰ ਪੂਰਾ ਸੁਣਨਾ, ਕਿਉਂਕਿ ਕਈ ਵਾਰ ਕੀ ਹੁੰਦਾ ਕਿ ਅੱਧੀ ਅਧੂਰੀ ਗੱਲ ਸੁਣ ਕੇ ਸਾਨੂੰ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ। ਸਿਆਣੇ ਕਹਿੰਦੇ ਅੱਧਾ ਅਧੂਰਾ ਗਿਆਨ ਕਈ ਵਾਰ ਖਤਰਨਾਕ ਸਿੱਧ ਹੁੰਦਾ। ਇਸ ਕਰਕੇ ਜਦੋਂ ਵੀ ਕੋਈ ਵੀ ਗੱਲ ਆਪਾਂ ਸੁਣਦੇ ਹਾਂ, ਪੜ੍ਹਦੇ ਹਾਂ, ਉਹਨੂੰ ਪੂਰਾ ਹੀ ਪੜ੍ਹਨਾ ਸੁਣਨਾ ਚਾਹੀਦਾ ਹੈ, ਤਾਂ ਹੀ ਅਸੀਂ ਉਹਦੇ ਲਾਭ, ਉਹਦੇ ਫਾਇਦੇ ਬਾਰੇ ਜਾਣ ਸਕਦੇ ਹਾਂ ਜਾਂ ਉਹਦੇ ਨੁਕਸਾਨ ਬਾਰੇ ਜਾਣ ਸਕਦੇ ਹਾਂ। ਤਾਂ ਅੱਜ ਦੀ ਵੀਡੀਓ ਨੂੰ ਵੀ ਪੂਰਾ ਜ਼ਰੂਰ ਸੁਣਿਓ। ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਜੀ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੱਸਣੇ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇੱਦਾਂ ਦੇ ਮਨੁੱਖਾਂ ਤੋਂ ਹਮੇਸ਼ਾ ਦੂਰ ਰਹੋ। ਇੱਦਾਂ ਦੇ ਮਨੁੱਖਾਂ ਦਾ ਸੁਭਾਅ ਹੁੰਦਾ ਹੈ ਧੋਖਾ ਦੇਣਾ। ਤਾਂ ਇਹੋ ਜਿਹੇ ਲੋਕ ਜਿੰਨੇ ਮਰਜ਼ੀ ਮਿੰਨਤਾਂ ਤਰਲੇ ਕਰ ਲੈਣ, ਜਿੰਨਾ ਮਰਜ਼ੀ ਵਿਸ਼ਵਾਸ ਦੇ ਪਾਤਰ ਬਣ ਕੇ ਦਿਖਾਉਣ, ਪਰ ਇਹਨਾਂ ਦੇ ਉੱਤੇ ਕਦੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ। ਜੇ ਕਿਤੇ ਮਦਦ ਕਰਨੀ ਵੀ ਪੈ ਜਾਏ ਨਾ, ਤਾਂ ਵੀ ਇਹਨਾਂ ਦੇ ਉੱਤੇ ਕਦੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਹੀਂ ਕਰਨਾ ਚਾਹੀਦਾ, ਕਿਉਂਕਿ ਇਹਨਾਂ ਦੇ ਸੁਭਾਅ ਦੇ ਵਿੱਚ ਧੋਖਾ ਹੁੰਦਾ ਹੈ। ਤਾਂ ਕਿਹੋ ਜਿਹੇ ਮਨੁੱਖਾਂ ਦੀ ਆਪਾਂ ਗੱਲ ਕਰ ਰਹੇ ਹਾਂ, ਇਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਇਸ ਕਹਾਣੀ ਦੇ ਰਾਹੀਂ ਸਮਝਾਂਗੇ। ਪਰ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਆਪਣੀ ਅੱਜ ਦੀ ਇਸ ਵੀਡੀਓ ਦਾ ਜਾਂ ਇਹ ਕਹਾਣੀ ਸੁਣਾਉਣ ਦੇ ਪਿੱਛੇ ਦਾ ਮਕਸਦ ਇਹ ਨਹੀਂ ਆ ਵੀ ਆਪਾਂ ਕਿਸੇ ਦੇ ਉੱਤੇ ਯਕੀਨ ਹੀ ਨਹੀਂ ਕਰਨਾ, ਕਿਸੇ ਦੇ ਉੱਤੇ ਤਰਸ ਨਹੀਂ ਕਰਨਾ, ਕਿਸੇ ਦਾ ਭਲਾ ਨਹੀਂ ਕਰਨਾ। ਨਾ ਜੀ, ਹਰ ਜੀਵ ਦੇ ਪ੍ਰਤੀ ਤਰਸ ਦੀ ਭਾਵਨਾ, ਦਇਆ ਦੀ ਭਾਵਨਾ ਰੱਖਣਾ, ਭਲੇ ਦੀ ਭਾਵਨਾ ਰੱਖਣਾ, ਇਹ ਮਨੁੱਖਤਾ ਦਾ ਪਹਿਲਾ ਫਰਜ਼ ਆ। ਭਲਾ ਕਰਨਾ ਹੈ, ਜੇ ਕਿਸੇ ਦੀ ਮਦਦ ਕਰਨ ਦੀ ਲੋੜ ਪਵੇ ਉਹਦੀ ਮਦਦ ਵੀ ਕਰਨੀ ਆ, ਪਰ ਮਦਦ ਕਰਦੇ ਵਕਤ ਜਾਂਚ ਪੜਤਾਲ ਜ਼ਰੂਰ ਕਰ ਲੈਣੀ ਚਾਹੀਦੀ ਆ, ਤਾਂ ਜੋ ਅਸੀਂ ਖੁਦ ਮੁਸੀਬਤ ਦੇ ਵਿੱਚ ਨਾ ਫਸ ਜਾਈਏ। ਕਿਉਂਕਿ ਕੁਝ ਲੋਕ ਅਜਿਹੇ ਹੁੰਦੇ ਨੇ ਜੋ ਭਲੇ ਲੋਕਾਂ ਦੀ ਭਲਮਾਨਸੀ ਦਾ ਫਾਇਦਾ ਚੁੱਕਦੇ ਆ। ਉਹਨਾਂ ਨੂੰ ਪਤਾ ਲੱਗ ਜਾਵੇ ਨਾ ਵੀ ਇਹ ਬੰਦਾ ਭਲਾ ਹੈ, ਭਲੇ ਦੇ ਕੰਮ ਕਰਨ ਵਾਲਾ ਹੈ, ਤਾਂ ਕਈ ਵਾਰ ਕੁਝ ਗਲਤ ਲੋਕ ਇਹੋ ਜਿਹੇ ਚੰਗੇ ਬੰਦਿਆਂ ਦਾ ਫਾਇਦਾ ਚੁੱਕ ਲੈਂਦੇ ਆ। ਉਹ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਉਲਝਾ ਕੇ ਕਈ ਵਾਰ ਅਕਲ ਦੇ ਉੱਤੇ, ਮਤ ਦੇ ਉੱਤੇ ਪਰਦਾ ਪਾ ਦਿੰਦੇ ਆ, ਕੁਝ ਵੀ ਸਮਝ ਹੀ ਨਹੀਂ ਆਉਣ ਦਿੰਦੇ। ਤਾਂ ਅੱਜ ਦੀ ਇਸ ਕਹਾਣੀ ਦੇ ਰਾਹੀਂ ਆਪਾਂ ਇਸ ਗੱਲ ਨੂੰ ਸਮਝਾਂਗੇ, ਤਾਂ ਉਹ ਕਹਾਣੀ ਸ਼ੁਰੂ ਕਰਦੇ ਆ। ਇੱਦਾਂ ਹੀ ਕਹਿੰਦੇ, ਇੱਕ ਜੰਗਲ ਦੇ ਵਿੱਚ ਇੱਕ ਬਹੁਤ ਪੁਰਾਣਾ ਬੋਹੜ ਦਾ ਦਰਖਤ ਸੀ। ਉਹ ਬੋਹੜ ਦੇ ਦਰਖਤ ਦੇ ਉੱਤੇ ਵੱਖ ਵੱਖ ਤਰ੍ਹਾਂ ਦੇ ਪੰਛੀ ਰਹਿੰਦੇ ਸਨ, ਤੇ ਕਹਿੰਦੇ ਉਸੇ ਹੀ ਬੋਹੜ ਦੇ ਦਰਖਤ ਦੇ ਥੱਲੇ ਇੱਕ ਖੱਡ ਜੀ ਬਣੀ ਸੀ ਜਿਹਦੇ ਵਿੱਚ ਇੱਕ ਕੁੱਤਾ ਰਹਿੰਦਾ ਸੀ। ਉਹ ਕੁੱਤਾ ਬਹੁਤ ਬਜ਼ੁਰਗ ਹੋ ਗਿਆ ਸੀ, ਉਹਨੂੰ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ, ਪਰ ਕਹਿੰਦੇ ਉਹ ਕੁੱਤਾ ਬੜੇ ਹੀ ਗਿਆਨ ਦੀਆਂ ਗੱਲਾਂ ਦੱਸਦਾ ਰਹਿੰਦਾ। ਉਹ ਹਮੇਸ਼ਾ ਉਹ ਬੋਹੜ ਦੇ ਦਰਖਤ ਦੇ ਹੇਠਾਂ ਆ ਕੇ ਬੈਠ ਜਾਂਦਾ। ਕਹਿੰਦੇ ਦਰਖਤ ਦੇ ਉੱਪਰ ਜੋ ਵੀ ਪੰਛੀ ਰਹਿੰਦੇ ਸਨ, ਉਹਨਾਂ ਦੇ ਬੱਚੇ ਵੀ ਸੀ, ਉਹ ਪੰਛੀ ਹਮੇਸ਼ਾ ਉਹ ਕੁੱਤੇ ਦੀਆਂ ਗੱਲਾਂ ਨੂੰ ਸੁਣਦੇ ਰਹਿੰਦੇ। ਕੁੱਤਾ ਆਪਣੇ ਗਿਆਨ ਦੀਆਂ ਗੱਲਾਂ, ਆਪਣੀਆਂ ਪੁਰਾਣੀਆਂ ਗੱਲਾਂ ਸੁਣਾਉਂਦਾ, ਤਾਂ ਉਹ ਪੰਛੀਆਂ ਨੂੰ ਵੀ ਵਧੀਆ ਲੱਗਦਾ।
ਪੰਛੀ ਉਹ ਕੁੱਤੇ ਦੇ ਪ੍ਰਤੀ ਮਨ ਦੇ ਵਿੱਚ ਤਰਸ ਦੀ ਭਾਵਨਾ ਰੱਖਦੇ ਸੀ ਕਿਉਂਕਿ ਕਾਫੀ ਸਮੇਂ ਤੋਂ ਇਕੱਠੇ ਹੀ ਰਹਿੰਦੇ ਸੀ। ਹੁਣ ਕੁੱਤਾ ਦੇਖ ਨਹੀਂ ਸੀ ਸਕਦਾ, ਇਸ ਕਰਕੇ ਉਹ ਪੰਛੀਆਂ ਨੇ ਫੈਸਲਾ ਕੀਤਾ ਵੀ ਕਿਉਂ ਨਾ ਆਪਾਂ ਇਹ ਕੁੱਤੇ ਦੀ ਪੱਕੀ ਡਿਊਟੀ ਲਾ ਦਈਏ ਵੀ ਇਹ ਆਪਣੇ ਬੱਚਿਆਂ ਦੀ ਰਖਵਾਲੀ ਕਰਿਆ ਕਰੇਗਾ ਅਤੇ ਆਪਾਂ ਇਹਦੇ ਲਈ ਭੋਜਨ ਲੈ ਕੇ ਆਇਆ ਕਰਾਂਗੇ। ਕਹਿੰਦੇ ਉਸ ਦਿਨ ਤੋਂ ਬਾਅਦ ਕੁੱਤੇ ਨੂੰ ਕਿਹਾ ਵੀ ਤੁਹਾਨੂੰ ਭੋਜਨ ਦੀ ਤਲਾਸ਼ ਦੇ ਵਿੱਚ ਜਾਣ ਦੀ ਲੋੜ ਨਹੀਂ ਆ, ਅਸੀਂ ਤੁਹਾਡੇ ਲਈ ਭੋਜਨ ਲੈ ਕੇ ਆਇਆ ਕਰਾਂਗੇ। ਕਹਿੰਦੇ ਹਰ ਇੱਕ ਪੰਛੀ ਨੇ ਕੁੱਝ ਨਾ ਕੁੱਝ ਕੁੱਤੇ ਵਾਸਤੇ ਲੈ ਕੇ ਆਉਣਾ, ਕਿਸੇ ਨੇ ਰੋਟੀ ਲੈ ਆਉਣੀ, ਕਿਸੇ ਨੇ ਕੁੱਝ ਹੋਰ, ਕਿਸੇ ਨੇ ਕੁੱਝ ਹੋਰ, ਜੋ ਵੀ ਕਿਸੇ ਤੋਂ ਬਣ ਪਾਉਣਾ। ਕੁੱਤੇ ਦੇ ਲਈ ਚੰਗਾ ਭੋਜਨ ਪ੍ਰਸ਼ਾਦੇ ਦਾ ਇੰਤਜ਼ਾਮ ਕਰਕੇ ਦਿੰਦੇ ਆ ਅਤੇ ਉਹ ਕੁੱਤਾ ਮਗਰੋਂ ਉਹਨਾਂ ਦੇ ਬੱਚਿਆਂ ਦੀ ਰਖਵਾਲੀ ਕਰਦਾ, ਬੱਚਿਆਂ ਨੂੰ ਬੜੀਆਂ ਸੋਹਣੀਆਂ ਸੋਹਣੀਆਂ ਕਹਾਣੀਆਂ ਸੁਣਾਉਂਦਾ। ਬੱਚੇ ਵੀ ਬੜੇ ਖੁਸ਼ ਸਨ, ਪੰਛੀ ਵੀ ਬੜੇ ਖੁਸ਼ ਸੀ ਵੀ ਚਲੋ ਅਸੀਂ ਆਪਣੇ ਭੋਜਨ ਦੀ ਤਲਾਸ਼ ਵਿੱਚ ਜਾਂਦੇ ਹਾਂ, ਸਾਨੂੰ ਮਗਰੋਂ ਆਪਣੇ ਬੱਚਿਆਂ ਦਾ ਫਿਕਰ ਨਹੀਂ ਹੁੰਦਾ। ਕਹਿੰਦੇ ਇੱਕ ਦਿਨ ਉਸੇ ਬੋਹੜ ਦੇ ਦਰਖਤ ਦੇ ਥੱਲੇ ਇੱਕ ਬੜਾ ਹੀ ਮੋਟਾ ਤਾਜ਼ਾ ਬਿੱਲਾ ਆਇਆ। ਕਹਿੰਦੇ ਜਦੋਂ ਬਿੱਲਾ ਆਇਆ ਤਾਂ ਪੰਛੀਆਂ ਦੇ ਬੱਚਿਆਂ ਨੇ ਰੌਲਾ ਪਾ ਦਿੱਤਾ, ਕਿਉਂਕਿ ਪੰਛੀਆਂ ਨੂੰ ਪਤਾ ਲੱਗ ਜਾਂਦਾ ਨਾ ਕਿ ਕਿਹੜਾ ਸਾਡਾ ਦੁਸ਼ਮਣ ਆ, ਕਿਹੜਾ ਸਾਨੂੰ ਨੁਕਸਾਨ ਪਹੁੰਚਾ ਸਕਦਾ। ਕਹਿੰਦੇ ਜਦੋਂ ਇੱਕਦਮ ਬੱਚਿਆਂ ਦੇ ਚੀਕ ਚਿਹਾੜੇ ਦੀ ਆਵਾਜ਼ ਉਹ ਖੱਡ ਦੇ ਵਿੱਚ ਬੈਠੇ ਕੁੱਤੇ ਨੇ ਸੁਣੀ ਤਾਂ ਕੁੱਤੇ ਨੇ ਅੰਦਰੋਂ ਹੀ ਦਬਕਾ ਮਾਰਿਆ ਕਿ ਕੌਣ ਆ ਅਤੇ ਇੱਥੇ ਕੀ ਕਰ ਰਿਹਾ ਹੈ। ਕਹਿੰਦੇ ਬਿੱਲੇ ਨੂੰ ਪਤਾ ਲੱਗ ਗਿਆ ਵੀ ਅੰਦਰ ਤਾਂ ਇੱਕ ਕੁੱਤਾ ਵੀ ਆ, ਹੁਣ ਜਿਹੜਾ ਬਿੱਲਾ ਉਹ ਕੁੱਤੇ ਤੋਂ ਡਰਦਾ ਹੈ। ਬਿੱਲਾ ਘਬਰਾ ਗਿਆ, ਬਿੱਲਾ ਦੂਰ ਖੜਾ ਹੀ ਕਹਿਣ ਲੱਗਾ। ਉਹਨੇ ਆਪਣੇ ਬਾਰੇ ਦੱਸਿਆ ਕਿ ਮੈਂ ਇਸ ਤਰ੍ਹਾਂ ਫਲਾਣੀ ਜਗ੍ਹਾ ਤੋਂ ਆਇਆ ਹਾਂ, ਮੈਂ ਬੜਾ ਹੀ ਮੁਸੀਬਤ ਦੇ ਵਿੱਚ ਆ, ਮੈਨੂੰ ਰਹਿਣ ਦੇ ਲਈ ਕੋਈ ਠਿਕਾਣਾ ਨਹੀਂ ਮਿਲ ਰਿਹਾ, ਇਸ ਕਰਕੇ ਮੈਂ ਵੀ ਇਸ ਬੋਹੜ ਦੇ ਦਰਖਤ ਦੇ ਹੇਠਾਂ ਰਹਿਣਾ ਚਾਹੁੰਦਾ ਹਾਂ। ਪਰ ਬਿੱਲੇ ਦੀ ਮਗਰ ਤਾਂ ਇਰਾਦੇ ਕੁੱਝ ਹੋਰ ਸੀ, ਉਹਨੂੰ ਇਹ ਸੀ ਕਿ ਇਸ ਬੋਹੜ ਦੇ ਦਰਖਤ ਦੇ ਉੱਤੇ ਕਿੰਨੇ ਪੰਛੀ ਰਹਿੰਦੇ ਨੇ, ਪੰਛੀਆਂ ਦੇ ਛੋਟੇ ਛੋਟੇ ਬੱਚੇ ਨੇ, ਉਹਨਾਂ ਨੂੰ ਖਾ ਕੇ ਗੁਜ਼ਾਰਾ ਕਰ ਲਿਆ ਕਰਾਂਗਾ, ਬਹੁਤੀ ਮਿਹਨਤ ਨਹੀਂ ਕਰਨੀ ਪੈਣੀ। ਕਹਿੰਦੇ ਹੁਣ ਇੱਧਰ ਕੁੱਤਾ, ਉਹ ਵੀ ਬਿੱਲੇ ਦੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਸੀ, ਕੁੱਤੇ ਨੂੰ ਪਤਾ ਕਿ ਬਿੱਲੇ ਨੇ ਤਾਂ ਅੱਖ ਚਮਕਦਿਆਂ ਹੀ ਇਹਨਾਂ ਪੰਛੀਆਂ ਦੇ ਬੱਚਿਆਂ ਦੇ ਉੱਤੇ ਹਮਲਾ ਕਰ ਦੇਣਾ ਹੈ, ਖਾ ਜਾਣਾ ਹੈ। ਕਹਿੰਦੇ ਇਸ ਕਰਕੇ ਕੁੱਤੇ ਨੇ ਤਾੜਨਾ ਕਰਦਿਆਂ ਹੋਇਆ ਆਪਣੀ ਗਰਜਵੀ ਆਵਾਜ਼ ਦੇ ਵਿੱਚ ਗੁੱਸੇ ਵਿੱਚ ਬੋਲਿਆ ਕਿ ਨਹੀਂ ਬਿੱਲਿਆ, ਤੂੰ ਇੱਥੋਂ ਦੂਰ ਭੱਜ ਜਾ, ਤੈਨੂੰ ਇੱਥੇ ਰਹਿਣ ਨੂੰ ਥਾਂ ਨਹੀਂ ਮਿਲ ਸਕਦੀ, ਤੂੰ ਆਪਣਾ ਕੋਈ ਹੋਰ ਟਿਕਾਣਾ ਲੱਭ ਲੈ, ਮੈਂ ਤੈਨੂੰ ਜਾਣਦਾ ਹਾਂ, ਤੂੰ ਤਰਸ ਦੇ ਲਾਇਕ ਨਹੀਂ ਆ, ਤੂੰ ਤਾਂ ਇਹਨਾਂ ਬੱਚਿਆਂ ਨੂੰ ਖਾ ਜਾਵੇਂਗਾ। ਕਹਿੰਦੇ ਬਿੱਲਾ ਮਿੰਨਤਾਂ ਤਰਲੇ ਕਰਨ ਲੱਗਾ ਕਿ ਨਹੀਂ ਨਹੀਂ, ਤੁਸੀਂ ਮੈਨੂੰ ਗਲਤ ਸਮਝਦੇ ਹੋ, ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਸੁਭਾਅ ਤੋਂ ਚੰਗੀ ਤਰ੍ਹਾਂ ਜਾਣੂ ਹੋ, ਪਰ ਮੈਂ ਪਹਿਲਾਂ ਵਰਗਾ ਨਹੀਂ ਰਿਹਾ, ਹੁਣ ਮੈਂ ਇੱਦਾਂ ਦੇ ਕੰਮ ਕਰਨੇ ਬੰਦ ਕਰ ਦਿੱਤੇ ਆ, ਮੈਂ ਤਾਂ ਹੁਣ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ, ਮੈਂ ਤਾਂ ਹੁਣ ਮਾਸ ਖਾਂਦਾ ਹੀ ਨਹੀਂ ਆ, ਮੈਂ ਤਾਂ ਦੁੱਧ ਪੀ ਕੇ ਗੁਜ਼ਾਰਾ ਕਰਦਾ ਹਾਂ, ਅਤੇ ਮੈਂ ਆਪਣਾ ਭੋਜਨ ਪ੍ਰਸ਼ਾਦੇ ਦਾ ਇੰਤਜ਼ਾਮ ਆਪੇ ਕਰ ਲਿਆ ਕਰਨਾ ਹੈ, ਬਸ ਤੁਸੀਂ ਮੈਨੂੰ ਰਹਿਣ ਦੇ ਲਈ ਥਾਂ ਦੇ ਦਿਓ, ਕਿਉਂਕਿ ਮੇਰੇ ਕੋਲ ਰਹਿਣ ਦੇ ਲਈ ਹੋਰ ਕੋਈ ਠਿਕਾਣਾ ਨਹੀਂ ਆ, ਮੇਰੇ 'ਤੇ ਤਰਸ ਕਰੋ। ਕਹਿੰਦੇ ਕੁੱਤੇ ਨੇ ਫਿਰ ਕਿਹਾ ਕਿ ਨਹੀਂ, ਤੇਰੇ 'ਤੇ ਤਰਸ ਕਰਨਾ ਖਤਰੇ ਤੋਂ ਖਾਲੀ ਨਹੀਂ ਹੈ, ਇਸ ਕਰਕੇ ਤੂੰ ਆਪਣਾ ਕੋਈ ਹੋਰ ਟਿਕਾਣਾ ਲੱਭ ਲੈ। ਫਿਰ ਬਿੱਲੇ ਨੇ ਕਿਹਾ ਕਿ ਨਹੀਂ ਨਹੀਂ ਕੁੱਤਾ ਜੀ, ਤੁਸੀਂ ਇਸ ਤਰ੍ਹਾਂ ਨਾ ਕਰੋ, ਤੁਹਾਡੇ ਹੁੰਦਿਆਂ ਹੋਇਆਂ ਮੈਂ ਕੋਈ ਗਲਤ ਕੰਮ ਕਿੰਝ ਕਰ ਸਕਦਾ ਹਾਂ, ਤੁਸੀਂ ਮੇਰੇ ਤੋਂ ਤਾਕਤਵਰ ਹੋ, ਤੁਸੀਂ ਭਲਾ ਮੈਨੂੰ ਇਹੋ ਜਿਹਾ ਮਾੜਾ ਕੰਮ ਕਰਨ ਦਿਓਗੇ, ਮੈਨੂੰ ਆਪਣੀ ਜਾਨ ਪਿਆਰੀ ਨਹੀਂ ਆ, ਮੈਨੂੰ ਪਤਾ ਹੈ ਜੇ ਮੈਂ ਕੋਈ ਗਲਤ ਕੰਮ ਕੀਤਾ ਤੁਸੀਂ ਤਾਂ ਮੈਨੂੰ ਉਸੇ ਵੇਲੇ ਮਾਰ ਮਕਾਓਗੇ। ਕਹਿੰਦੇ ਜਦੋਂ ਇੰਝ ਕਿਹਾ ਤਾਂ ਕੁੱਤੇ ਦੇ ਮੰਨਣ ਦੇ ਵਿੱਚ ਆ ਗਈ ਵੀ ਗੱਲ ਤਾਂ ਇਹ ਸਹੀ ਕਹਿ ਰਿਹਾ ਹੈ, ਇਹਨੂੰ ਕੀ ਪਤਾ ਕਿ ਮੈਨੂੰ ਅੱਖਾਂ ਤੋਂ ਦਿਸਦਾ ਨਹੀਂ ਆ ਅਤੇ ਇਹਦੇ ਅੰਦਰ ਮੇਰਾ ਡਰ ਤਾਂ ਹੈ, ਤਾਂ ਚੱਲ ਇਹਨੂੰ ਰਹਿਣ ਦੇ ਲਈ ਟਿਕਾਣਾ ਦੇ ਦਿੰਦੇ ਹਾਂ, ਕੁਝ ਦਿਨ ਇਹਦੇ 'ਤੇ ਵਿਸ਼ਵਾਸ ਕਰਕੇ ਦੇਖ ਲੈਂਦੇ ਹਾਂ। ਕੁੱਤੇ ਨੇ ਕਿਹਾ ਵੀ ਚਲੋ 2-4 ਦਿਨ ਤੂੰ ਇੱਥੇ ਰਹਿ ਲਾ, ਫਿਰ ਤੂੰ ਆਪਣਾ ਕੋਈ ਟਿਕਾਣਾ ਹੋਰ ਕਿਤੇ ਲੱਭ ਲਵੀਂ। ਕਹਿੰਦੇ ਹੁਣ ਬਿੱਲੇ ਨੂੰ ਇੱਥੇ ਰਹਿਣ ਦੀ ਇਜਾਜ਼ਤ ਮਿਲ ਗਈ, ਬਿੱਲਾ ਇੱਕ ਦਿਨ ਰਿਹਾ, 2 ਦਿਨ ਰਿਹਾ,
ਛੇਤੀ ਹੀ ਬਿੱਲੇ ਨੂੰ ਪਤਾ ਲੱਗ ਗਿਆ ਵੀ ਇਹ ਕੁੱਤਾ ਤਾਂ ਅੱਖਾਂ ਤੋਂ ਦੇਖ ਨਹੀਂ ਸਕਦਾ, ਇਸ ਕਰਕੇ ਮੈਨੂੰ ਤਾਂ ਇਹਦਾ ਕੋਈ ਡਰ ਖਤਰਾ ਨਹੀਂ, ਇਹ ਮੈਨੂੰ ਕੋਈ ਨੁਕਸਾਨ ਹੀ ਨਹੀਂ ਪਹੁੰਚਾ ਸਕਦਾ, ਜਿੰਨੀ ਦੇਰ ਤੱਕ ਇਹਨੇ ਮੇਰੇ ਤੱਕ ਪਹੁੰਚਣਾ ਮੈਂ ਤਾਂ ਆਪਣਾ ਕੰਮ ਕਰਕੇ ਦੂਰ ਨੱਠ ਜਾਵਾਂਗਾ। ਕਹਿੰਦੇ ਹੁਣ ਇੱਕ ਦਿਨ ਉਹਨੇ ਨਜ਼ਰ ਬਚਾ ਕੇ ਦਰਖਤ ਦੇ ਟਾਹਣੀਆਂ ਦੇ ਉੱਪਰ ਚੜ ਗਿਆ, ਪੰਛੀਆਂ ਦੇ ਬੱਚਿਆਂ ਨੂੰ ਖਾਣਾ ਸ਼ੁਰੂ ਕਰ ਦਿੱਤਾ। ਕਹਿੰਦੇ ਪੰਛੀਆਂ ਦੇ ਬੱਚਿਆਂ ਦਾ ਚੀਕ ਚਹਾੜਾ ਸੁਣ ਕੇ ਕੁੱਤਾ ਆਪਣੀ ਖੱਡ ਵਿੱਚੋਂ ਬਾਹਰ ਆਇਆ। ਕੁੱਤੇ ਨੇ ਵੀ ਭੌਂਕਣਾ ਸ਼ੁਰੂ ਕੀਤਾ, ਬਥੇਰੇ ਬਿੱਲੇ ਨੂੰ ਦਬਕੇ ਮਾਰੇ ਕਿ ਤੂੰ ਥੱਲੇ ਆ ਜਾ, ਤੈਨੂੰ ਮੈਂ ਖਾ ਜਾਵਾਂਗਾ। ਪਰ ਹੁਣ ਬਿੱਲੇ ਨੂੰ ਪਤਾ ਸੀ ਮੈਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ, ਮੈਨੂੰ ਨਹੀਂ ਖਾ ਸਕਦਾ ਕਿਉਂਕਿ ਇਹਨੂੰ ਦਿਸਦਾ ਹੀ ਨਹੀਂ ਆ। ਕਹਿੰਦੇ ਜਿੰਨੀ ਦੇਰ ਤੱਕ ਕਰ ਕਰਾ ਕੇ ਕੁੱਤੇ ਨੇ ਬਿੱਲੇ ਤੱਕ ਪਹੁੰਚ ਕਰਨੀ ਚਾਹੀ, ਉਨੀ ਦੇਰ ਤੱਕ ਬਿੱਲੇ ਨੇ ਸਾਰੇ ਪੰਛੀਆਂ ਦੇ ਬੱਚਿਆਂ ਨੂੰ ਖਾ ਲਿਆ ਸੀ। ਕਹਿੰਦੇ ਹੁਣ ਬੋੜ ਦੇ ਦਰਖਤ ਦੇ ਚਾਰ ਸ਼ਫੇਰੇ ਪੰਛੀਆਂ ਦੇ ਖੰਭ ਖਿਲਰੇ ਹੋਏ ਸਨ, ਉਹਨਾਂ ਦੀਆਂ ਹੱਡੀਆਂ। ਕਹਿੰਦੇ ਸ਼ਾਮ ਪਈ ਤਾਂ ਸਾਰੇ ਪੰਛੀ ਬੜੇ ਹੀ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਪਰਤੇ। ਆਪਣੇ ਮੂੰਹ ਦੇ ਵਿੱਚ ਕੁੱਤੇ ਦੇ ਲਈ ਵੰਨ ਸਵੰਨਾ ਖਾਣਾ ਲੈ ਕੇ ਆ ਰਹੇ ਸੀ, ਪਰ ਆ ਕੇ ਉਹਨਾਂ ਦੇ ਹੋਸ਼ ਉੱਡ ਗਏ ਜਦੋਂ ਉਹਨਾਂ ਨੇ ਆਪਣੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ, ਉਹਨਾਂ ਦੇ ਪੰਖ ਖਿਲਰੇ ਹੋਏ ਦੇਖੇ। ਕਹਿੰਦੇ ਉਹ ਪੰਛੀਆਂ ਨੇ ਚੀਕ ਚਗਹਾੜਾ ਰੋਣਾ ਧੋਣਾ ਸ਼ੁਰੂ ਕਰ ਦਿੱਤਾ। ਕੁੱਤੇ ਨੂੰ ਪੁੱਛਿਆ ਵੀ ਇਹ ਕੀ ਹੋਇਆ, ਇਹ ਕਿੰਨੇ ਇਹ ਕੰਮ ਕੀਤਾ ਹੈ। ਕਹਿੰਦੇ ਕੁੱਤਾ ਸਾਰੀ ਗੱਲਬਾਤ ਦੱਸਣ ਲੱਗਾ ਤਾਂ ਦੂਰ ਖੜੇ ਬਿੱਲੇ ਨੇ ਆਵਾਜ਼ ਮਾਰ ਕੇ ਪੰਛੀਆਂ ਨੂੰ ਕਿਹਾ, ਮੈਂ ਦੱਸਦਾ ਹਾਂ ਇਹ ਕਿੰਨੇ ਕੀਤਾ ਹੈ। ਕਹਿੰਦੇ ਪੰਛੀਆਂ ਨੇ ਪੁੱਛਿਆ ਵੀ ਹਾਂ ਦੱਸ, ਤੈਨੂੰ ਪਤਾ ਹੈ? ਤਾਂ ਉਹਨੇ ਸਾਰਾ ਇਲਜ਼ਾਮ ਇਸ ਕੁੱਤੇ ਦੇ ਉੱਤੇ ਲਾ ਦਿੱਤਾ, ਕਿਹਾ ਕਿ ਇਹ ਕੁੱਤਾ ਅੱਜ ਮੈਨੂੰ ਵੀ ਖਾ ਚੱਲਿਆ ਸੀ, ਕਹਿ ਰਿਹਾ ਸੀ ਕਿ ਮੈਨੂੰ ਬਹੁਤ ਭੁੱਖ ਲੱਗੀ ਆ, ਜਦ ਇਹ ਮੈਨੂੰ ਨਾ ਪਕੜ ਪਾਇਆ ਤਾਂ ਫਿਰ ਇਹਨੇ ਤੁਹਾਡੇ ਬੱਚਿਆਂ ਨੂੰ ਖਾ ਲਿਆ, ਇਹ ਸਾਰਾ ਕੰਮ ਇਸੇ ਨੇ ਹੀ ਕੀਤਾ ਹੈ। ਕਹਿੰਦੇ ਇਹ ਗੱਲ ਸੁਣ ਕੇ ਪੰਛੀਆਂ ਨੂੰ ਬਹੁਤ ਗੁੱਸਾ ਆਇਆ, ਪੰਛੀ ਗੁੱਸੇ ਦੇ ਵਿੱਚ ਕੁੱਤੇ ਦੇ ਉੱਤੇ ਟੁੱਟ ਪਏ, ਉਹਨੂੰ ਮਾਰਨ ਲੱਗੇ, ਚੁੰਝਾ ਮਾਰ ਮਾਰ ਕੇ ਕੁੱਤੇ ਨੂੰ ਜ਼ਖਮੀ ਕਰ ਦਿੱਤਾ। ਕੁੱਤਾ ਵਾਰ ਵਾਰ ਪੰਛੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਇਹ ਬਿੱਲਾ ਝੂਠ ਬੋਲ ਰਿਹਾ ਹੈ, ਇਹਨੇ ਹੀ ਤੁਹਾਡੇ ਬੱਚਿਆਂ ਨੂੰ ਖਾਧਾ ਹੈ। ਪਰ ਬਿੱਲਾ ਪੰਛੀਆਂ ਨੂੰ ਕਹਿਣ ਲੱਗਾ ਕਿ ਤੁਸੀਂ ਇਹਦੀ ਗੱਲ 'ਤੇ ਯਕੀਨ ਨਾ ਕਰਿਓ ਕਿਉਂਕਿ ਇਹ ਮੇਰੇ ਨਾਲੋਂ ਵੱਧ ਤਾਕਤਵਰ ਆ, ਤੁਹਾਨੂੰ ਪਤਾ ਹੈ ਕਿ ਇਹਦੇ ਹੁੰਦਿਆਂ ਹੋਇਆਂ ਮੈਂ ਤੁਹਾਡੇ ਬੱਚਿਆਂ ਦੇ ਆਸ ਪਾਸ ਵੀ ਨਹੀਂ ਸੀ ਭਟਕ ਸਕਦਾ, ਇਹ ਝੂਠ ਬੋਲ ਰਿਹਾ ਹੈ, ਇਹਨੇ ਹੀ ਤੁਹਾਡੇ ਬੱਚਿਆਂ ਨੂੰ ਖਾਧਾ ਹੈ। ਕਹਿੰਦੇ ਪੰਛੀਆਂ ਨੂੰ ਵੀ ਇਸ ਗੱਲ 'ਤੇ ਯਕੀਨ ਹੋ ਗਿਆ ਵੀ ਸੱਚਮੁੱਚ ਇਹ ਗੱਲ ਤਾਂ ਸੱਚ ਹੈ, ਕੁੱਤੇ ਦੇ ਹੁੰਦਿਆਂ ਤਾਂ ਬਿੱਲਾ ਇਸ ਦਰਖਤ ਦੇ ਆਸ ਪਾਸ ਵੀ ਨਹੀਂ ਸੀ ਆ ਸਕਦਾ, ਇਸ ਕਰਕੇ ਇਹ ਕੰਮ ਇਸੇ ਨੇ ਹੀ ਕੀਤਾ ਹੈ। ਕਹਿੰਦੇ ਪੰਛੀਆਂ ਨੇ ਹੋਰ ਗੁੱਸੇ ਦੇ ਵਿੱਚ ਕੁੱਤੇ ਨੂੰ ਚੁੰਝਾਂ ਮਾਰਨੀਆਂ ਸ਼ੁਰੂ ਕੀਤੀਆਂ। ਕੁੱਤਾ ਮਸਾਂ ਹੀ ਜਾਨ ਬਚਾਉਂਦਾ ਹੋਇਆ ਉੱਥੋਂ ਦੂਰ ਭੱਜਿਆ ਅਤੇ ਭੱਜਦਾ ਹੋਇਆ ਜੰਗਲ ਦੇ ਬਾਕੀ ਜਾਨਵਰਾਂ ਨੂੰ ਪੰਛੀਆਂ ਨੂੰ ਇਹੋ ਕਹਿ ਰਿਹਾ ਸੀ ਕਿ ਲੋਕੋ ਤੁਸੀਂ ਵੀ ਮੇਰੇ ਵਾਂਗ ਇਹ ਗਲਤੀ ਨਾ ਕਰਿਓ। ਜਿਸ ਬੰਦੇ ਦੇ ਸੁਭਾਅ ਬਾਰੇ ਪਤਾ ਹੋਵੇ ਨਾ ਵੀ ਇਹਦੇ ਸੁਭਾਅ ਦੇ ਵਿੱਚ ਹੀ ਦੁਸ਼ਟਤਾ ਹੈ, ਇਹਦੇ ਸੁਭਾਅ ਦੇ ਵਿੱਚ ਹੀ ਧੋਖਾ ਹੈ, ਉਹਦੇ 'ਤੇ ਕਦੇ ਯਕੀਨ ਨਾ ਕਰਿਓ, ਨਹੀਂ ਤਾਂ ਮੇਰੇ ਵਾਂਗ ਧੋਖਾ ਖਾਓਗੇ, ਇੱਜ਼ਤ ਵੀ ਗਵਾਓਗੇ ਅਤੇ ਆਪਣੀ ਜਾਨ ਵੀ ਗਵਾਓਗੇ। ਸੋ ਇਹ ਕਹਾਣੀ ਸਾਨੂੰ ਵੀ ਇਹੀ ਸਿੱਖਿਆ ਦਿੰਦੀ ਆ ਕਿ ਜਿਸ ਬੰਦੇ ਦੇ ਸੁਭਾਅ ਬਾਰੇ ਪਤਾ ਹੋਵੇ, ਜਿਹਦੇ ਬਾਰੇ ਸਾਨੂੰ ਪਤਾ ਹੋਵੇ ਨਾ ਵੀ ਇਹਨੇ ਅੱਗੇ ਵੀ ਬਹੁਤੇ ਲੋਕਾਂ ਦੇ ਨਾਲ ਧੋਖਾ ਕੀਤਾ ਹੈ, ਇਹ ਝੂਠ ਬੋਲਦਾ ਹੈ, ਠੱਗੀ ਠੋਰੀ ਕਰਦਾ ਹੀ ਰਹਿੰਦਾ ਹੈ, ਉਹਦੇ ਉੱਤੇ ਕਦੇ ਵੀ ਅੱਖਾਂ ਬੰਦ ਕਰਕੇ ਯਕੀਨ ਨਹੀਂ ਕਰਨਾ ਚਾਹੀਦਾ। ਅਤੇ ਖਾਸ ਕਰਕੇ ਜਦੋਂ ਕਿਸੇ ਬੰਦੇ ਨੂੰ ਸਾਡੀ ਕਮਜ਼ੋਰੀ ਦਾ ਪਤਾ ਲੱਗ ਜਾਵੇ ਨਾ, ਉਹਦੇ 'ਤੇ ਤਾਂ ਕਦੇ ਵੀ ਅੱਖਾਂ ਬੰਦ ਕਰਕੇ ਭਰੋਸਾ ਨਾ ਕਰੋ, ਉਹੋ ਜਿਹੇ ਬੰਦੇ ਦਾ ਸਾਥ ਕਦੇ ਨਾ ਕਰੋ, ਉਹੋ ਜਿਹੇ ਬੰਦੇ ਦੇ ਨਾਲ ਕਦੇ ਵੀ ਕੋਈ ਕੰਮ ਕਾਰ ਦੀ ਭਿਆਲੀ ਨਾ ਪਾਓ ਕਿਉਂਕਿ ਤੁਹਾਡੀ ਕਮਜ਼ੋਰੀ ਦਾ ਫਾਇਦਾ ਉਹ ਇੱਕ ਨਾ ਇੱਕ ਦਿਨ ਜ਼ਰੂਰ ਚੁੱਕੇਗਾ। ਸੋ ਅੱਜ ਦੀ ਕਹਾਣੀ ਤੋਂ ਆਪਾਂ ਵੀ ਇਹੋ ਸਿੱਖਿਆ ਲੈਣੀ ਆ ਵੀ ਮਦਦ ਕਰਨੀ ਆ, ਭਲਾ ਕਰਨਾ ਚੰਗਾ ਕੰਮ ਆ, ਪਰ ਬਿਨਾਂ ਸੋਚੇ ਸਮਝੇ ਅੱਖਾਂ ਬੰਦ ਕਰਕੇ ਕਦੇ ਵੀ ਕਿਸੇ ਦੇ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਤਾਂ ਜੇਕਰ ਅੱਜ ਦੀ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਆ
ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੇ। ਪਰ ਜੇਕਰ ਕੋਈ ਵੀ ਗੱਲ ਵਿੱਚੋਂ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ਼ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।